ਹੈ ਜੀ ਦਾਤਰ ਦੇ ਨਾਲ ਹਰਾ ਵੱਢਣਾ। ਦਾਤੀ ਨਾਲ ਤਾਂ ਬਹੁਤਾ ਟਾਈਮ ਲੱਗਦਾ, ਦਾਤਰ ਨਾਲ ਤਾਂ ਫਿਰ ਘੰਟਿਆਂ ਦਾ ਕੰਮ ਜਿਹੜਾ ਮਿੰਟਾਂ 'ਚ ਹੋ ਜਾਂਦਾ। ਜਿਹਨਾਂ ਦਾ ਮਾਲ ਡੰਗਰ ਜ਼ਿਆਦਾ ਉਹ ਦਾਤੀ ਨਾਲ ਨਹੀਂ ਵੱਢ ਸਕਦੇ। ਵਾਹ ਜੀ ਵਾਹ, ਪੜਛੇ ਲਾਈ ਜਾਂਦਾ ਜੀ। ਇਹ ਕਿੰਨੇ ਟਾਈਮ ਦੇ ਵਿੱਚ ਵੱਢਿਆ ਜਾਂਦਾ? ਕੋਈ 4-5 ਮਿੰਟਾਂ ਵੱਢਣੀ ਹੋਣ ਤਾਂ 4-5 ਮਿੰਟਾਂ, 5 ਮਿੰਟਾਂ, 5 ਮਿੰਟਾਂ 'ਚ। ਹਾਂਜੀ ਵਾਹ ਜੀ ਵਾਹ, ਇਹ ਲਈ ਤਜਰਬਾ ਚਾਹੀਦਾ। 11 ਵੱਢਣੀਆਂ ਜੀ 15 ਮਿੰਟਾਂ 'ਚ, ਇਨਸ਼ਾਅੱਲਾ 15 ਮਿੰਟਾਂ 'ਚ 11 ਬਣਨਾ। ਕਿਆ ਬਾਤ! ਇਹ ਜੀ ਸਜਾਦ ਆਲਮ ਕਿਸਾਣਾ ਸਾਹਿਬ, ਸਾਡੇ ਛੋਟੇ ਭਰਾ। ਯਾਰ ਇਹਦੇ ਵਿੱਚ ਫਿਰ ਸਰੋਂ ਸੁਰੋਂ ਜਿਹੜੀ ਉਹ ਨਹੀਂ ਬਾਰੇ ਖਾਂਦੀ ਹੈ ਨਾ? ਸਰੋਂ ਨਹੀਂ, ਪਹਿਲਾਂ ਲੋ ਦਾਤੀ ਨਾਲ ਹੀ ਵੜਨਾ ਪੈਂਦਾ। ਪਹਿਲਾਂ ਲੋ ਦਾਤੀ ਨੇ ਵੜਨਾ ਪੈਂਦਾ, ਕਿਉਂਕਿ ਬੇੜੀ ਟਾਮੀ ਸਰੋਂ ਹੁੰਦੀ ਹੈ ਵਿੱਚ। ਹਾਂਜੀ, ਆ ਨਾਲੋਂ ਦੀ ਰੋਡ ਲੰਘਦਾ ਜੀ, ਬੰਦਾ ਬੜਾ ਫਿੱਟ ਰਹਿੰਦਾ ਜੀ ਇਹ ਕੰਮ ਕਰਨ ਦੇ ਨਾਲ, ਬਾਡੀ ਫਿੱਟ ਰਹਿ ਜਾਂਦੀ ਬੰਦੇ ਦੀ, ਪੂਰਾ ਜਿਸਮ ਰਹਿੰਦਾ ਫਿੱਟ, ਪੂਰਾ ਜਿਸਮ, ਪੈਰ ਦੇ ਨੋਹਾਂ ਤੱਕ ਐਕਸਰਸਾਈਜ਼ ਆ। ਕਿਆ ਬਾਤ! ਕੀ ਡੰਗਰ ਰੱਖੇ, ਮਾਲ ਡੰਗਰ ਕੀ ਆਪਣੇ ਕੋਲ? ਮਾਲ ਵੀ ਹੈ ਨਹੀਂ, 8 ਮੱਝਾਂ, 8 ਮੱਝਾਂ, ਹਾਂਜੀ, ਦੋ ਗਾਈਆਂ, ਦੋ ਢੱਗੇ, ਦੋ ਢੱਗੇ, ਢੱਗੇ ਵੀ ਰੱਖੇ ਆ? ਢੱਗਿਆਂ ਨਾਲ ਹਲ ਹੁਲ ਵੀ ਪਾਉਂਦੇ ਕਿ ਨਹੀਂ? ਨਹੀਂ, ਪੱਠੇ ਪੁੱਠੇ ਲਿਆਉਣ, ਪੱਠੇ ਪੁੱਠੇ ਲਿਆਉਣ ਲਈ, ਗੱਡੇ ਲਈ ਰੱਖੇ ਆ? ਹਾਲੀ ਟਰੈਕਟਰ, ਹਾਲੀ ਟਰੈਕਟਰ ਆ। ਬਸ ਜੀ ਮਸ਼ੀਨਰੀ 'ਤੇ ਰਹਿ ਗਿਆ ਕੰਮ ਸਾਰਾ, ਹੁਣ ਹੱਥੀਂ ਕੰਮ ਤਾਂ ਹੁਣ ਬਹੁਤ ਘੱਟ ਹੁੰਦਾ। ਖੜਾ ਹੀ ਹਰਾ ਵੱਢ ਹੁੰਦਾ ਹੋਣਾ, ਡਿੱਗਿਆ ਨਹੀਂ ਵੱਢ ਹੁੰਦਾ ਹੋਣਾ? ਡਿੱਗਿਆ ਸੌਖਾ ਵੱਢ ਹੁੰਦਾ। ਅੱਛਾ, ਉਹਦੇ 'ਚ ਬਰਕਤ ਜ਼ਿਆਦਾ ਪੈ ਜਾਂਦੀ ਆ, ਉਹ ਬਿਲਕੁਲ ਸੌਖਾ ਵੱਢ ਹੁੰਦਾ। ਹਾਂ, ਵੱਢਣਾ ਇੰਨਾ ਹੀ ਸਿਰੇ ਹੁੰਦਾ। ਆਹੋ ਬਿਲਕੁਲ, ਥੋੜ੍ਹੇ ਜਿਹਾ ਤਾਂ ਰੱਖ ਕੇ, ਜੜ੍ਹਾਂ ਤੋਂ ਬਿਨਾਂ ਪੱਟ ਹੋਵੇ, ਜੜ੍ਹਾਂ ਤੋਂ ਪੱਟ ਹੋ ਗਿਆ ਫਿਰ ਹੋਣਾ ਨਹੀਂ ਹੋ, ਉਹ ਫਿਰ ਦੁਬਾਰਾ ਗਾਂ ਅਗਲਾ ਲਾਅ ਨਹੀਂ ਹੋਣਾ ਹੈਗਾ। ਬਹੁਤ ਵਧੀਆ ਟੈਕਨੀਕ ਆ ਜੀ ਇਹ ਦਾਤਰ ਦੇ ਨਾਲ ਹਰਾ ਵੱਢਣਾ, ਬਰਸਣ ਵੀ ਕਹਿ ਲੈਂਦੇ ਆ, ਬਰਸੀਮ ਵੀ ਕਹਿ ਲੈਂਦੇ ਆ। ਲੂਸਣ ਵੱਢਣਾ ਥੋੜ੍ਹਾ ਜਿਹਾ ਔਖਾ, ਕਿਉਂਕਿ ਲੂਸਣ ਦਾ ਜਿਹੜਾ ਤਣਾ ਹੁੰਦਾ ਨਾ ਉਹ ਥੋੜ੍ਹਾ ਮਜ਼ਬੂਤ ਹੁੰਦਾ, ਇਹਦੇ ਨਾਲ ਸਖਤ ਹੁੰਦਾ ਆ, ਅਤੇ ਇਹਦਾ ਇੱਕ ਪੈਪ ਤਰ੍ਹਾਂ ਹੀ ਹੁੰਦਾ ਆ, ਬਹੁਤ ਨਰਮ ਹੁੰਦਾ। ਆ ਪਥੇਰ ਲੱਗੀ ਆਲੇ ਦੁਆਲੇ, ਪਥੇਰ ਲੱਗੀ ਆ, ਹਾਂ ਵੀ ਪਥੇਰ ਹੈਗੀ ਆ, ਦੇਖੋ ਆਲੇ ਦੁਆਲੇ ਇੱਟਾਂ ਪੱਥਦੇ ਲੋਕ, ਪੱਠੇ ਵਾਲੇ। ਇਹਨਾਂ ਦੀ ਵੀ ਵੀਡੀਓ ਤੁਹਾਨੂੰ ਬਣਾ ਕੇ ਫਿਰ ਦਿਖਾਵਾਂਗੇ। ਇਹ ਮਿਲ ਲਈ ਜਗ੍ਹਾ ਰੱਖੀ ਹੈ ਸਾਈਡ 'ਤੇ, ਆਇਲ ਮਿਲ ਬਣੇਗੀ।